الرحمن الرحیم گل شروع کیتی تیرے نام تو مولا تیرے نام نو شرما ساریاں نے اچھا ہے تیرا نام مولا تیرے نام دیا لجا ساریاں نے تیرے نام دی آس تے چکیا قدم پہلا تیرے نام نو شرما ساریاں نے مینوں ناز ہے تیری مشکل کشائی اتے بن پروں اڈاریاں ماریاں نے اول حمد سنا الہی جو مالک ہر ہر دا نام اس دا جتارن والا ਕਿਸੇ ਮੈਦਾਨ ਨਾ ਹਰਦਾ ਹਜ਼ਰਤ ਬਾਬਾ ਸੂਫੀ ਫਜ਼ਲਦੀਨ ਅੱਲਾ ਵਾਲੇ ਜਿਨ੍ਹਾਂ ਦੇ ਉਰਸ ਮੁਬਾਰਕ ਦੇ ਮੌਕਾ ਤੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ 78-5000 ਅੱਜ ਫਾਈਨਲ ਮੈਚ 88-6000 ਦਾ ਮੁਕਾਬਲਾ 73 ਦੋਨੇ ਟੀਮਾਂ ਮੈਦਾਨ ਦੇ ਵਿੱਚ ਚਾਂਦੀ ਘੜੀਆਂ ਚਾਂਦੀ ਸਮੇਂ ਫਾਈਨਲ ਮੈਚ ਦੀ ਜੰਗ ਹੋਏਗੀ ਸ਼ੁਰੂ ਔਰ ਸਾਡੇ ਇਸ ਮੈਚ ਦੇ ਮਹਿਮਾਨ ਖਸੂਸੀ ਰਾਣਾ ਤਨਵੀਰ ਪਿਆਰ ਨਾਲ ਕਹਿੰਦੇ ਭੋਲਾ ਮੇਰੇ ਗਰਾਊਂਡ ਦੇ ਵਿੱਚ ਆਪਣੇ ਉਮੀਦਵਾਰ ਬਰਾਏ ਚੇਅਰਮੈਨ UC1 ਮੇਰੇ ਹਸਨੈਨ ਅਨਸਾਰੀ ਮਲਕ ਤੌਫੀਕ ਰਾਣਾ ਅਰਸ਼ਾਦ ਮੁਹੰਮਦ ਇਸਮਾਇਲ ਸਾਹਿਬ ਰਾਣਾ ਰਿਆਜ਼ ਉਸਤਾਦ ਰਾਣਾ ਰਿਆਜ਼ ਕੋਝਾ ਜਿਹੜਾ ਇਸ ਪਿੰਡ ਦੀ ਟੀਮ ਦਾ ਉਹਦੇ ਨਾਲ ਨਾਲ ਚੌਧਰੀ ਆਰਫ ਸਾਹਿਬ ਭਾਈ ਆਬਦ ਮਜੀਦ ਰਾਣਾ ਕਮਰ ਮਸੂਦ ਸਾਹਿਬ ਰਾਣਾ ਸ਼ਫੀਕ ਨੰਬਰਦਾਰ ਰਾਣਾ ਜਮਸ਼ੇਦ ਔਰ ਚਪੜੇ ਵੈਲਕਮ ਰਾਣਾ ਤਨਵੀਰ ਉਰਫ ਭੋਲੀ ਦੇ ਨਾਂ ਦੀ ਤਗੜੀ ਕਰਕੇ ਦਾ ਫਾਈਨਲ ਮੈਚ ਦੀ ਪਹਿਲੀ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਚੱਲ ਪਈ ਹਾਫਜ਼ ਉਸਮਾਨ 88-6000 ਵਾਲਾ ਹੀਰਾ ਤਾਰਕ ਸਗਲੇ ਦਾ ਮੁੰਡਾ ਸ਼ਗਿਰਦਾ ਹਲਕਾ ਜਿਹਾ ਮਾਰ ਲਿਆ ਟੱਚ ਆ ਜਾਂਦਾ ਹੀ ਪਹਿਲੀ ਕਬੱਡੀ ਪਹਿਲਾ ਨੰਬਰ ਹੋ ਗਿਆ ਰੇਡਰ ਦੇ ਖਾਤੇ ਉਧਰ ਕਬੱਡੀ ਪਾਉਣ ਵਾਸਤੇ ਚੱਲ ਪਈ ਖੋਖਰ ਕਬੱਡੀ ਪਾਉਣ ਵਾਸਤੇ ਸ਼ਾਨੀ ਖੋਖਰ ਬਾਈ ਵੀਲਰ ਜਿੰਨਾ ਜ਼ੋਰ ਇਸ ਬੱਬਰ ਸ਼ੇਰ ਦੀ ਹਿੱਕ ਦੇ ਵਿੱਚ ਖੋਖਰ ਹਲਕਾ ਜਿਹਾ ਮਾਰ ਲਿਆ ਟੱਚ ਆ ਜਾਂਦਾ ਹੀ ਨੰਬਰ ਹੋ ਗਿਆ ਸ਼ਾਨੀ ਖੋਖਰ ਦੇ ਖਾਤੇ ਅਗਲੀ ਕਬੱਡੀ ਪਾਉਣ ਵਾਸਤੇ ਰਾਣਾ ਜ਼ਮਨ ਚੱਲ ਪਈ ਸ਼ੇਰਾ ਕਿ ਫਾਈਨਲ ਮੈਚ ਯਾਰੋ ਸ਼ੁਰੂ ਹੋਇਆ ਦੋਵਾਂ ਟੀਮਾਂ ਦਾ ਦਿਲ ਧੱਕ ਧੱਕ ਕਰਦਾ ਦੇਖੋ ਵੱਧ ਰੇਡਾ ਪਾ ਕੇ ਵੱਧ ਫਣ ਹੈ ਕੌਣ ਫੜਦਾ ਜਾਂ 78 ਵਾਲਿਓ ਪਤਾ ਚੱਲ ਜਾਣਾ ਅੱਜ ਵੱਧ ਜੱਫੇ ਹੈ ਕੌਣ ਕਰਦਾ ਰਾਣਾ ਜ਼ਮਨ ਰਾਜਪੂਤਾਂ ਦਾ ਪੋਤੇ ਕਰੀ ਫਿਰ ਕਬੱਡੀ ਪਾਉਣ ਵਾਸਤੇ ਬੋਲਿਆ ਹੋਇਆ ਧਾਫਾ ਕਦੀ ਸੱਚੀ ਕਨੀ ਕਦੀ ਖੱਬੀ ਕਨੀ ਟੱਚ ਮਾਰਨੇ ਦੀਆਂ ਟਰਾਈਆਂ ਉਧਰ ਖੁੱਚ ਖਿੱਚੀ ਪਰ ਰਾਣਾ ਜ਼ਮਨ ਮੁੰਡਾ ਤੇਜ਼ ਲੱਖਾਂ ਜਾ ਪਾਉਣ ਦਾ ਵਾਅਦਾ ਕੀਤਾ ਆਪਣੀ ਟੀਮ ਦੇ ਖਾਤੇ ਨੰਬਰ 88-6000 ਦਾ ਉਧਰ ਕਬੱਡੀ ਪਾਉਣ ਵਾਸਤੇ ਕਰੀ ਫਿਰ ਮਿਰਜ਼ਾ ਚੱਲ ਪਈ ਸ਼ਾਹਦ ਪਾ ਕਬੱਡੀ ਇਹ ਕਰੀ ਫਿਰ ਮਿਰਜ਼ਾ ਸ਼ਾਹਦ ਕਿ ਚੁੰਗ ਚੁੰਗ ਕੇ ਮੱਝਾਂ ਭੂਰੀਆਂ ਆ ਗਈ ਟੋਲਿਆਂ ਤੇ ਪੱਟਾਂ ਦੇ ਵਿੱਚ ਜਾਨ ਮਿੱਤਰੋ ਉਧਰ ਮੱਛੋ ਹਾਏ ਆ ਜਾਂਦਾ ਹੀ ਨੰਬਰ ਹੋ ਗਿਆ ਰੇਡਰ ਦੇ ਖਾਤੇ ਨੰਬਰ ਹੋ ਗਿਆ ਸਾਈ ਦਾ ਉਧਰ ਕਬੱਡੀ ਪੈ ਕੇ ਕਰੀ ਫਿਰ ਤਾਨਿਸ਼ ਪਿਆਰ ਨਾਲ ਕਹਿੰਦੇ ਤਾਨੀ ਚੱਲ ਬਈ ਤਾਨਿਸ਼ ਕਬੱਡੀ ਇੱਧਰ ਆ ਸਟੇਜ ਤੇ ਆ ਰੇਡਰ ਇੱਧਰ ਸਟੇਜ ਤੇ ਰਾਣਾ ਤਨਵੀਰ ਸਾਹਿਬ ਵੱਲੋਂ ਤੇਰੇ ਵਾਸਤੇ ਕੈਸ਼ ਪ੍ਰਾਈਜ਼ ਜਾਏਗਾ ਉਧਰ ਕਬੱਡੀ ਪੈ ਕੇ ਕਰੀ ਫਿਰ ਧਾਨੇ ਦੀ ਉਧਰ ਫਿਰ ਤਾਨਿਸ਼ ਧਾਨਾ ਚੱਲ ਬਈ ਸ਼ੇਰਾ ਮੁੰਡਾ ਤਗੜਾ ਆ ਬੱਲੇ ਰੱਜੂ ਭੱਟੀ ਕੱਲ ਦੇ ਮੈਚ ਦੇ ਵਿੱਚ ਵੀ ਮੁੰਡੇ ਨੇ ਜੱਫੇ ਤਗੜੇ ਮਾਰੇ ਹਾਏ ਚਾਚਾ ਚਾਚਾ ਢੋਲ ਨਹੀਂ
ਨੰਬਰ ਹੋ ਗਿਆ ਰੱਜੂ ਭੱਟੀ ਦੇ ਖਾਤੇ ਰਾਣਾ ਤਨਵੀਰ ਉਰਫ ਭੋਲਾ ਕਮੈਂਟਰੀ ਬਾਕਸ ਦੇ ਵਿੱਚ 1000 ਰੁਪਈਆ ਕੈਸ਼ ਪ੍ਰਾਈਜ਼ ਭੇਜਿਆ ਸਾਡੇ ਇਸ ਮੈਚ ਦੇ ਪ੍ਰਾਹੁਣੇ ਰਾਣਾ ਤਨਵੀਰ ਪਿਆਰ ਨਾਲ ਕਹਿੰਦੇ ਭੋਲਾ ਭਰਪੂਰ ਮੁਹੱਬਤ ਦਾ ਸ਼ੁਕਰੀਆ। ਉੱਧਰ ਦੇਖ ਕਬੱਡੀ ਪੈ ਗਈ ਇੱਕ ਵਾਰੀ ਫਿਰ ਮੈਦਾਨ ਦੇ ਵਿੱਚ ਚੱਲ ਪਈ ਉੱਧਰ ਫਿਰ ਉਹ ਬੱਲੇ ਨੰਬਰ ਰੇਡਰ ਦੇ ਖਾਤੇ ਨੰਬਰ ਹੋ ਗਿਆ ਸ਼ਾਨੀ ਬਲੋਚ ਦੇ ਖਾਤੇ ਔਰ ਸਾਡੇ ਪ੍ਰਾਹੁਣੇ ਗਰਾਊਂਡ ਦੇ ਵਿੱਚ ਆਪਣੇ ਹਾਫਜ਼ ਜ਼ਾਹਰ ਸਈ ਚੌਧਰੀ ਉਹਨਾਂ ਦੇ ਨਾਲ ਨਾਲ ਮੀਆਂ ਰਹਿਮਾਨ ਸ਼ਹਿਜ਼ਾਦ ਸਾਹਿਬ ਮਲਕ ਨਸੀਰ ਅਹਿਮਦ ਸਾਹਿਬ ਰਾਣਾ ਤਨਵੀਰ ਉਰਫ ਭੋਲਾ ਰਾਣਾ ਤਨਵੀਰ ਉਰਫ ਭੋਲਾ ਜਿਹੜਾ 78 ਦੀ ਟੀਮ ਦਾ ਚੌਧਰੀ ਆਰਫ ਭਾਈ ਅਹਿਮਦ ਮਜੀਦ ਉੱਧਰ ਕਬੱਡੀ ਪੈ ਗਈ ਇੱਕ ਵਾਰੀ ਫਿਰ ਹਾਫਜ਼ ਦੀ ਚੱਲ ਬਈ ਸ਼ੇਰਾ ਪਾ ਕਬੱਡੀ ਕਿ ਜਿੰਨਾ ਰੀਝਾਂ ਨਾਲ ਹੈ ਜਿੰਦ ਸਾਂਭੀ ਅੱਜ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ ਗਿੱਠ ਗਿੱਠ ਬਹਿ ਗਈ ਧਰਤੀ ਹੁਣ ਜਦੋਂ ਜ਼ੋਰ ਨਾਲ ਜ਼ੋਰ ਟਕਰਾਉਣ ਲੱਗਿਆ ਭਾਜੀ ਮੈਚ ਲਾਈਵ ਚੱਲਦਾ ਹਸਨੈਨ ਮੈਚ ਲਾਈਵ ਚੱਲਣ ਦਿਆ ਸਟਾਫ ਦੇ ਨਾਲ ਮਿਹਰਬਾਨੀ ਕਰੋ ਥੋੜ੍ਹਾ ਜਿਹਾ ਪਿੱਛੇ ਮੈਚ ਵੈਲਕਮ ਬੈਕ ਇੱਕ ਵਾਰੀ ਫਿਰ ਜੁੜਾਂਗੇ ਗਰਾਊਂਡ ਦੇ ਨਾਲ ਉਹ ਬੱਲੇ ਜੱਫਾ ਤਗੜਾ
ਤਾੜੀ ਲਾ ਦਿਓ ਮੁੰਡੇ ਦੇ ਨਾਂ ਦੀ ਤਕੜੀ ਕਰਕੇ ਜ਼ਰਾ। ਹਏ ਹਏ ਕਿ ਐਵੇਂ ਨੀ ਗਰਾਊਂਡਾਂ ਦੀ ਮੈਂ ਖਾਕ ਪਿਆ ਛਾਣਦਾ, ਟੱਕਨੇ ਦਾ ਵੱਲ ਤੇ ਮੈਂ ਚੰਗੀ ਤਰ੍ਹਾਂ ਜਾਣਦਾ। ਜੇ ਕਬੱਡੀ ਦੀ ਚਾਸ ਆਈ ਤਾੜੀ ਲਾਓ ਇੱਕ ਵਾਰੀ ਸਾਰੇ ਤਕੜੀ ਕਰਕੇ, ਉੱਧਰ ਦੇਖ ਇੱਕ ਵਾਰੀ ਫੇਰ, ਉੱਧਰ ਫੇਰ ਇੱਕ ਵਾਰੀ, ਉੱਧਰ ਫੇਰ ਆ ਬੰਨੇ ਆ ਜਾਂਦਾ ਕੋਠੇ ਜੁੱਡੀਆਂ ਮਾਰਦਾ ਛਾਲਾ, ਨੰਬਰ ਹੋ ਗਿਆ ਕਰੀ ਫਿਰ ਰੇਡਰ ਦੇ ਖਾਤੇ। ਚੌਧਰੀ ਮਲਕ ਨਸੀਰ ਅਹਿਮਦ ਸਾਹਿਬ, ਮੀਆਂ ਰਹਿਮਾਨ ਸ਼ਹਿਜ਼ਾਦ ਔਰ ਸਾਡੇ ਇਸ ਮੈਚ ਦੇ ਅਗਲੇ ਪ੍ਰਾਹੁਣੇ ਪ੍ਰਿੰਸ ਅਬਦੁਲ ਰਹਿਮਾਨ ਮੇਰੇ ਗਰਾਊਂਡ ਦੇ ਵਿੱਚ ਚੱਕਣ ਦਾ ਪਿਆ। ਬੱਚੇ ਬੱਚੇ ਭਾਜੀ ਪੈਸੇ ਨਾ ਸੁੱਟੋ, ਉੱਧਰ ਕੌਡੀ ਹੋਣ ਡਈ ਆ। ਹਾਫਜ਼ ਉਸਮਾਨ ਉੱਧਰ ਕਬੱਡੀ ਪੈ ਗਈ ਇੱਕ ਵਾਰੀ ਫਿਰ, ਹਾਫਜ਼ ਉਸਮਾਨ 88 ਵਾਲਾ ਆਓ ਪੱਲੇ ਉੱਧਰ ਜੱਫੀ ਫੇਰ, ਪਰ ਹਾਫਜ਼ ਉਸਮਾਨ ਆਓ ਜਾਂਦਾ ਸ਼ੂਕਦਾ ਗੁੜ ਖਾਂਦਾ ਕੰਨੇ ਚੂਕਦਾ, ਨੰਬਰ ਇੱਕ ਵਾਰੀ ਫਿਰ ਰੇਡਰ ਦੇ ਖਾਤੇ, ਨੰਬਰ ਹਾਫਜ਼ ਉਸਮਾਨ ਦਾ। ਚੱਲ ਬਈ ਸ਼ਾਨੀ ਬਲੋਚ ਕਬੱਡੀ ਪੈ ਕੇ ਕਰੀ ਫਿਰ, ਬਲੋਚਾਂ ਦਾ ਪੁੱਤ ਚਿੱਟੀ ਨਿੱਕਰ ਚਿੱਟੀਆਂ ਟੇਪਾਂ ਕੀਤੀਆਂ ਹੋਈਆਂ, ਬਲੋਚਾਂ ਦਾ ਪੁੱਤ 73 ਫੋਰ ਆਰ ਦੀ ਕਰਦਾ ਪਿਆ ਨੁਮਾਇੰਦਗੀ, ਮੁਸਤਾਨ ਮੁਬਾਰਕ ਭੱਟੀ ਦਾ ਘੋੜਾ ਬਲੋਚ ਆ ਜਾਂਦਾ ਨੰਬਰ ਇੱਕ ਕਰੀ ਫਿਰ ਸ਼ਾਨੀ ਬਲੋਚ ਦੇ ਖਾਤੇ, ਨੰਬਰ ਇੱਕ ਕਰੀ ਫਿਰ ਰੇਡਰ ਦਾ। ਚੱਲ ਬਈ ਰਾਜਪੂਤ ਕਬੱਡੀ ਪੈ ਗਿਆ ਕਰੀ ਫਿਰ, ਰਾਣਾ ਸਮਨ ਚੱਲ ਬਈ ਸ਼ੇਰਾ ਪਾ ਕਬੱਡੀ, ਕਿ ਦੇਖ ਕਿਆ ਬੇਖੌ ਜਵਾਨੀ ਸ਼ੌਕ ਉਡਾਰਾ ਮਾਰੇ, ਮੈਨੂੰ ਇਹ ਗੱਲ ਯਾਦ ਨਹੀਂ ਰਹਿਣੀ ਕੌਣ ਨੇ ਜਿੱਤੇ ਹਾਰੇ, ਜਿਹੜੀ ਵੀ ਟੀਮ ਜਿੱਤੇਗੀ ਜਿੱਤ ਕਬੱਡੀ ਦੀ ਹੈ। ਉੱਧਰ ਫਿਰ ਰਾਣਾ ਸਮਨ, ਰਾਣਾ ਜਵੇਦ ਸਾਹਿਬ ਥੋੜ੍ਹਾ ਜਿਹਾ ਪਿੱਛੇ, ਰਾਣਾ ਸਾਹਿਬ ਥੋੜ੍ਹਾ ਜਿਹਾ ਪਰਾਂ ਹੋ ਜਾਓ। ਉੱਧਰ ਕਬੱਡੀ ਰਾਜਪੂਤ ਦੀ, ਰਾਣਾ ਸਮਨ ਤੇ ਮੌਲਵੀ 2 ਨੰਬਰ ਤੋਂ ਕੀਤੀਆਂ ਟਰਾਈਆਂ, ਆ ਜਾਂਦਾ ਨੰਬਰ ਇੱਕ ਕਰੀ ਫਿਰ ਰਾਣੇ ਸਮਨ ਦੇ ਖਾਤੇ। ਔਰ ਸਾਡੇ ਪੁਰਾਣੇ ਗਰਾਊਂਡ ਦੇ ਵਿੱਚ ਆਪਣੇ ਪ੍ਰਿੰਸ ਅਬਦੁਲ ਰਹਿਮਾਨ ਮੇਰੇ ਗਰਾਊਂਡ ਦੇ ਵਿੱਚ, ਆਪਣੇ ਚੀਫ ਐਗਜੈਕਟਿਵ ਚੌਧਰੀ ਕੰਸਟਰਕਸ਼ਨ ਕੰਪਨੀ ਰਾਣਾ ਜਵੇਦ ਇੰਟਰਪ੍ਰਾਈਜ਼ ਕੰਸਟਰਕਸ਼ਨ ਕੰਪਨੀ ਮੇਰੇ ਗਰਾਊਂਡ ਦੇ ਵਿੱਚ ਆਪਣੇ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੈਲਕਮ ਵੈਲਕਮ। ਉਹਨਾਂ ਦੇ ਨਾਲ ਰਾਣਾ ਤਨਵੀਰ ਸਾਹਿਬ ਉਮੀਦਵਾਰ ਬਰਾਏ ਚੇਅਰਮੈਨ UC ਨੰਬਰ 1 ਇਸੇ ਪਿੰਡ ਦਾ ਹੀਰਾ ਰਾਣਾ ਮੇਰੇ ਗਰਾਊਂਡਾਂ ਦੇ ਵਿੱਚ ਅਪੜਿਆ, ਔਰ ਮੀਆਂ ਰਹਿਮਾਨ ਸ਼ਹਿਜ਼ਾਦ ਸਾਹਿਬ, ਹਾਫਜ਼ ਜ਼ਾਹਰ ਸਈਦ ਚੌਧਰੀ, ਮਲਕ ਨਸੀਰ ਅਹਿਮਦ ਸਾਹਿਬ ਭਰਪੂਰ ਮੁਹੱਬਤ ਹੈ ਇਸ ਲਈ ਮੇਰੇ ਸਟੇਜ 'ਤੇ ਅਪੜੇ। ਉੱਧਰ ਕਬੱਡੀ ਇੱਕ ਵਾਰੀ ਫੇਰ, ਹਾਫਜ਼ ਉਸਮਾਨ ਤਾਰਕ ਸਗਲੇ ਦਾ ਸ਼ਗਿਰਦਾ ਆਓ ਪੱਲੇ, 30 ਸੈਕਿੰਡ ਦਾ ਸਮਾਂ, ਉਸਤਾਦ ਪੱਪੂ ਦੀ ਵਿਸਲ ਦੱਸੇਗੀ ਨੰਬਰ ਰੇਟਰ ਦਾ, ਨੰਬਰ ਹੋ ਗਿਆ ਕਰੀ ਫਿਰ ਸਾਈ ਦੇ ਖਾਤੇ। ਔਰ ਰਾਣਾ ਤਨਵੀਰ ਸਾਹਿਬ ਭਰਪੂਰ ਮੁਹੱਬਤ ਦਾ ਸ਼ੁਕਰੀਆ, ਸਾਡੇ ਪ੍ਰਾਹੁਣੇ 1000 ਰੁਪਈਆ ਕੈਸ਼ ਪ੍ਰਾਈਜ਼ ਕਮੈਂਟਰੀ ਬਕਸ ਦੇ ਵਿੱਚ ਭੇਜਿਆ, ਭਰਪੂਰ ਮੁਹੱਬਤ ਦਾ ਸ਼ੁਕਰੀਆ। ਉੱਧਰ ਫਿਰ ਮਿਰਜ਼ਾ, ਉੱਧਰ ਫਿਰ ਚੱਲ ਬਈ ਸ਼ੇਰਾ ਸ਼ਾਹਦ, ਹਲਕਾ ਜਿਹਾ ਮਾਰ ਲਿਆ ਟੱਚ ਆ ਜਾਂਦਾ ਹੀ, ਨੰਬਰ ਇੱਕ ਕਰੀ ਫਿਰ ਰੇਡਰ ਦੇ ਖਾਤੇ, ਨੰਬਰ ਇੱਕ ਕਰੀ ਫਿਰ ਸਾਹੀ ਦਾ। ਕਹਿੰਦਾ ਘੱਟ ਨੇ ਉਹ ਜੋ ਪਾਲਣ ਵਾਲੇ ਹੁੰਦੇ ਨੇ, ਬਹੁਤੇ ਰੁੱਖ ਤੇ ਪਾਲਣ ਵਾਲੇ ਹੁੰਦੇ ਨੇ, ਉੱਥੇ ਡਿੱਗਣ ਦੀ ਚਾਸੀ ਵੱਖਰੀ ਹੈ ਜਿੱਥੇ ਕੋਲ ਸੰਭਾਲਣ ਵਾਲੇ ਹੁੰਦੇ ਨੇ। ਉੱਧਰ ਰਾਜਾ ਆਇਆ, ਰਾਜਾ ਬੱਲੇ ਮਾਰਦਾ ਛਾਲਾ, ਰਾਜਾ ਅਲੀ ਪੂਰਾ ਤਜਰਬਾ ਅਸਲ ਮੈਦਾਨ ਦੇ ਵਿੱਚ, ਰਾਜਾ ਆ ਜਾਂਦਾ ਨੰਬਰ ਇੱਕ ਕਰੀ ਫਿਰ ਰਾਜੇ ਦੇ ਖਾਤੇ, ਨੰਬਰ ਹੋ ਗਿਆ ਕਰੀ ਫਿਰ ਰਾਜੇ ਅਲੀ ਦਾ।
ਚੱਲ ਵੀ 73 ਵਾਲਾ ਇੱਕ ਵਾਰੀ ਫੇਰ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫੇਰ 73 ਵਾਲਾ ਅਪਲੋਚ ਚੱਲ ਬਈ ਸ਼ੇਰਾ ਇੱਕ ਵਾਰੀ ਫੇਰ ਟੱਚ ਮਾਰਨੇ ਦੀਆਂ ਡਰਾਈਆਂ ਉੱਧਰ ਫੇਰ ਮਨਸ਼ਾ ਆਬਦ ਮਨਸ਼ਾ ਬੁੱਢਾ ਢੱਗਾ ਚੱਲ ਬਈ ਸ਼ੇਰਾ ਵੱਡਾ ਤਜਰਬਾ ਆਬਦ ਮਨਸ਼ਾ ਮਨਸ਼ਾ ਕਰਦਾ ਪਿਆ ਡਰਾਈਆਂ ਮੁੰਡਾ ਤੇਜ ਹਾਏ ਨੰਬਰ ਰੇਡਰ ਦਾ ਕਹਿੰਦੇ ਉੱਠਾ ਬੁੱਢਿਆ ਢੱਗਿਆ ਤੈਨੂੰ ਠੂੰਗਣ ਕਾ ਤੇਰੇ ਗਲੋਂ ਪਜਾਲੀ ਲੈ ਗਈ ਫਿਰ ਕਿਸੇ ਨਹੀਂ ਲੈਣਾ ਤੇਰਾ ਨਾਂ ਨੰਬਰ ਰੇਡਰ ਦੇ ਖਾਤੇ ਕਬੱਡੀ ਫਿਰ ਰਾਜਪੂਤ ਇੱਕ ਵਾਰੀ ਫਿਰ 88 ਵਾਲਾ ਰਾਣਾ ਜ਼ਮਨ ਚੱਲ ਬਈ ਸ਼ੇਰਾ ਪਾ ਕਬੱਡੀ ਇੱਕ ਵਾਰੀ ਫਿਰ ਰਾਜਪੂਤ ਚੱਲ ਬਈ ਰਾਣਾ ਜ਼ਮਨ ਅੱਜ ਅੱਗੋਂ ਵੀ ਮੁੰਡੇ ਤਗੜੇ ਅੱਗੋਂ ਵੀ ਸਤਾ ਮੁਬਾਰਕ ਪੱਟੀ ਦੀਆਂ ਕੰਧਾਂ ਉਹ ਬੱਲੇ ਕੁਛ ਖਿੱਚੀ ਹੋਈ ਆ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ ਤੇ ਉਹ ਕੀ ਹੋਇਆ ਰਹਾ ਹਾਏ 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 ਡਾਕਟਰ ਸਲਾਮ ਸਾਹਿਬ ਕੌਡੀ ਦੀ ਚਾਸ ਨਹੀਂ ਆ ਗਈ ਨੰਬਰ ਫਿਰ ਰੱਜੂ ਭੱਟੀ ਦੇ ਖਾਤੇ ਇਕਬਾਲ ਸਾਹਿਬ ਕੌਡੀ ਵੱਡੀ ਹੋ ਗਈ ਚੱਲ ਬਈ ਭਾਈ ਕਮਰ ਮਸੂਦ ਸਾਹਿਬ ਕੌਡੀ ਵੱਡੀ ਹੋ ਗਈ ਚੌਧਰੀ ਅਲੀਮ ਸਾਹਿਬ ਉੱਧਰ ਦੇਖੋ ਕੌਡੀ ਦੀ ਪੂਰੀ ਬੱਲੇ ਬੱਲੇ ਹੋ ਗਈ ਮੈਦਾਨ ਦੇ ਵਿੱਚ ਉੱਧਰ ਫਿਰ ਸਾਡੇ ਅਗਲੇ ਪ੍ਰਾਹੁਣੇ ਮਲਕ ਨਸੀਰ ਅਹਿਮਦ ਸਾਹਿਬ ਗਰਾਊਂਡ ਦੇ ਵਿੱਚ ਅੱਪੜਦੇ ਪਏ ਮਲਕ ਨਸੀਰ ਅਹਿਮਦ ਸਾਹਿਬ ਸਾਡੇ ਇਸ ਮੈਚ ਦੇ ਅਗਲੇ ਪ੍ਰਾਹੁਣੇ ਗਰਾਊਂਡ ਦੇ ਵਿੱਚ ਅੱਪੜੇ ਵੈਲਕਮ 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 ਜੀ ਆਨੂੰ ਖੁਸ਼ਾਬੀ ਮਲਕ ਨਸੀਰ ਹਸਣਾ ਨਾ ਬੱਚੇ ਜਾਂ ਤੇ ਠਾ ਦਿਓ ਇੱਥੋਂ ਜਾਂ ਇਹਨਾਂ ਨੂੰ ਥੱਲੇ ਬਿਠਾਈ ਰੱਖੋ ਇਹ ਮਿੰਟ ਬਾਅਦ ਉੱਠ ਪੈਂਦੇ ਆ ਕੰਮ ਖਰਾਬ ਹੁੰਦਾ ਮਿਹਰਬਾਨੀ ਕਰੋ ਦਾ ਚੱਲ ਬਈ ਰਾਜਾ ਅਲੀ ਇੱਕ ਵਾਰੀ ਫੇਰ ਰਾਜਾ ਅਲੀ ਨੰਬਰ ਉਸਤਾਦ ਪੱਪੂ ਦਾ ਇਸ਼ਾਰਾ ਨੰਬਰ ਹੋ ਗਿਆ ਰਾਜੇ ਅਲੀ ਦੇ ਖਾਤੇ ਉੱਧਰ ਕਬੱਡੀ ਪੈ ਗਈ ਇੱਕ ਵਾਰੀ ਫਿਰ ਚੱਲ 73 ਵਾਲਾ ਮਿਰਸਾ ਚੱਲ ਬਈ ਬੱਬਰ ਸ਼ੇਰਾ ਪਾ ਕਬੱਡੀ ਆਬਦ ਮਨਸ਼ਾ ਪਰ ਕੰਨੀ ਤੋਂ ਲੱਗਾ ਮੁੰਡਾ ਕਰੀ ਫਿਰ ਯੰਗ ਸਟਾਰ ਉਹ ਬੱਲੇ ਮੱਛੋ ਛੋਟਾ ਮੱਛੋ ਕਹਿੰਦੇ ਪਿਆਰ ਨਾਲ ਛੋਟਾ ਮੱਛੋ ਬੱਲੇ ਛੋੜ ਦੋ ਦਿਲਬਰ ਜੱਟ ਦਾ ਇਸ਼ਾਰਾ ਨੰਬਰ ਚੱਲ ਜਾ ਹਸਨੈਨ ਇਹਨਾਂ ਨੂੰ ਪਿਛਾ ਕਰਦੇ ਜਾਂ ਬਿਠਾ ਦੇ ਇੱਥੇ ਮਿਹਰਬਾਨੀ ਕਰ ਉਹ ਮਿੰਟ ਬਾਅਦ ਰੱਬ ਦੀ ਤੀਜੀ ਮਖਲੋਕ ਅੱਗੇ ਆ ਜਾਂਦੀ ਆ ਮਿਹਰਬਾਨੀ ਕਰੋ ਰਾਣਾ ਤਨਵੀਰ ਪਿਆਰ ਨਾਲ ਕਹਿੰਦੇ ਘੁੱਲਾ ਭਰਪੂਰ ਮੁਹੱਬਤ ਦਾ ਸ਼ੁਕਰੀਆ 2000 ਰੁਪਈਆ ਇੱਕ ਵਾਰੀ ਫਿਰ ਬਤੌਰ ਕਮੈਂਟੇਟਰ ਮੇਰੇ ਵਾਸਤੇ ਮਾਣ ਭੇਜਿਆ ਮੁਹੱਬਤ ਦਾ ਸ਼ੁਕਰੀਆ ਸਾਡੇ ਪ੍ਰਾਹੁਣੇ ਰਾਣਾ ਤਨਵੀਰ ਉਰਫ ਘੁੱਲਾ 2000 ਰੁਪਈਆ ਕਮੈਂਟਰੀ ਬਖ ਦੇ ਵਿੱਚ ਭੇਜਿਆ ਮੁਹੱਬਤ ਦਾ ਸ਼ੁਕਰੀਆ ਉੱਧਰ ਕਬੱਡੀ ਇੱਕ ਵਾਰੀ ਫਿਰ ਹਾਫਜ਼ ਉਸਮਾਨ ਉੱਧਰ ਫਿਰ ਹਾਫਜ਼ ਉਸਮਾਨ ਟੁੱਟ ਮੱਖਣਾ ਦੀ ਸਾਂਭੀ ਹੋਈ ਜਵਾਨੀ ਆ ਜਾਂਦਾ ਹੀ ਕਹਿੰਦਾ ਜਿੱਤ ਕੇ ਹੀ ਜਾਣਾ ਮੈਂ ਤੇ ਜਾਣਾ ਨਹੀਂ ਉਹ ਹਾਰ ਕੇ ਨੰਬਰ ਹਾਫਜ਼ ਉਸਮਾਨ ਦੇ ਖਾਤੇ ਜਿਹੜੀ ਟੀਮ ਦੇ ਪਹਿਲਾਂ 35 ਨੰਬਰ ਹੋ ਜਾਣਗੇ ਉਹ ਟੀਮ ਜਾਏਗੀ ਜਿੱਤ ਉੱਧਰ ਕਬੱਡੀ ਇੱਕ ਵਾਰੀ ਫਿਰ ਮਾਖੇ ਭੱਟੀ ਦੇ ਸ਼ੇਰ ਦੀ ਉੱਧਰ ਫਿਰ 73-4 ਵਾਲਾ ਉਹ ਬੱਲੇ ਮੱਛੋ ਉੱਧਰ ਫਿਰ ਛੋਟਾ ਮੱਛੋ ਉਹ ਬੱਲੇ ਤਾੜੀ ਲਾ ਦੇ ਕਰੀ ਤਗੜੀ ਕਰਕੇ ਦਰਾ ਨੰਬਰ ਕੀ ਦੇ ਖਾਤੇ ਦਿਲਬਰ ਜੱਟ ਦੱਸੇਗਾ 30 ਸੈਕਿੰਡ ਟੱਕ 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 ਬੱਲੇ ਹਾਏ ਉਹ ਬੱਲੇ ਨੰਬਰ ਛੋਟੇ ਮੱਛੋ ਦੇ ਖਾਤੇ ਨੰਬਰ ਛੋਟੇ ਮੱਛੋ ਦਾ ਨੰਬਰ ਹੋ ਗਿਆ ਕਰੀ ਫਿਰ 73-4 ਨਗੱਡੀ ਤੇਜ 73-4 ਨੰਬਰ 18 88-6 ਨੰਬਰ 12 ਇੱਕ ਵਾਰੀ ਤਾੜੀ ਲਾ ਯਾਰ 73 ਵਾਲਿਆਂ ਵਾਸਤੇ 6 ਨੰਬਰਾਂ ਦੀ ਲੀਡ ਮੈਦਾਨ ਦੇ ਵਿੱਚ ਉੱਧਰ ਕਬੱਡੀ ਫਿਰ ਰਾਜਪੂਤ ਦੀ ਚੱਲ ਪਈ ਰਾਣਾ ਜ਼ਮਨ ਮੁੰਡਾ ਤੇਜ ਇੱਕ ਵਾਰੀ ਫਿਰ ਤੇ ਜਿੰਨਾ ਰੀਝਾਂ ਨਾਲ ਹੈ ਜਿੰਨ ਸਾਂਭੀ ਅੱਜ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ
ਗਿੱਠ ਗਿੱਠ ਬਹਿ ਗਈ ਧਰਤੀ। ਹੁਣ ਜਦੋਂ ਚੋਰ ਨਾਲ ਚੋਰ ਟਕਰਾਉਣ ਲੱਗਿਆ, ਚੱਲ ਬਈ ਉੱਧਰ ਕਬੱਡੀ ਫੇਰ ਬਾਈ ਵੀਲਰ, ਉੱਧਰ 73 ਵਾਲਿਆਂ ਦੀ ਵੱਡੀ ਗੱਡੀ, ਇਹਨੂੰ ਕਿਹੜਾ ਕਰੇਗਾ ਟਕਰੇ ਦੀਆਂ ਟਰਾਈਆਂ। ਆਪਦ ਮਨਸ਼ਾ, ਆਪਦ ਮਨਸ਼ਾ, ਹੁਣ ਜੋੜੀ ਬਰਾਬਰ ਦਾ ਰਾਣਾ ਤਨਵੀਰ ਸਾਹਿਬ ਉੱਧਰ ਦੇਖੋ ਜ਼ਰਾ, ਹਾਏ ਹਾਏ ਹਾਫਜ਼ ਜ਼ਾਹ ਸਹੀ ਸਾਹਿਬ ਕਬੱਡੀ ਦਾ ਪੂਰਾ ਨਜ਼ਾਰਾ ਲੈਂਦੇ ਪੈਸਲ ਮੈਦਾਨ ਦੇ ਵਿੱਚ। ਉਹਨਾਂ ਦੇ ਨਾਲ ਨਾਲ ਮਲਕ ਨਸੀਰ ਅਹਿਮਦ ਸਾਹਿਬ ਸਟੇਜ 'ਤੇ ਬੈਠੇ, ਪ੍ਰਿੰਸ ਅਬਦੁਲ ਰਹਿਮਾਨ ਕਰਾਚੀ ਵਾਲੇ ਸਟੇਜ 'ਤੇ ਬੈਠੇ, ਕਬੱਡੀ ਦਾ ਪੂਰਾ ਨਜ਼ਾਰਾ ਲੈਂਦੇ ਪੈਸਲ ਮੈਦਾਨ ਦੇ ਵਿੱਚ। ਸਾਡੇ ਫਾਈਨਲ ਮੈਚ ਦੇ ਪ੍ਰਾਹੁਣੇ, ਫਾਈਨਲ ਮੈਚ ਦੀਆਂ ਪੱਗਾਂ ਕਿ ਸਾਨੂੰ ਪੱਗਾਂ ਫੱਬਦੀਆਂ ਨੇ, ਸਾਡੀ ਵੱਖਰੀ ਟੌਰ ਨਵਾਬੀ, ਸਾਡੀ ਕੌਮ ਏ ਸ਼ੇਰਾਂ ਜਈ, ਸਾਨੂੰ ਕਹਿੰਦੇ ਲੋਕ ਪੰਜਾਬੀ। ਉੱਧਰ ਫਿਰ ਦਾਨਿਸ਼ ਧਾਨੀ ਹੋ ਜਾਂਦਾ ਨੰਬਰ ਇੱਕ ਵਾਰੀ, ਫਿਰ ਦਾਨਿਸ਼ ਦੇ ਖਾਤੇ ਨੰਬਰ ਇੱਕ ਵਾਰੀ, ਫਿਰ 88 ਸਿਕਸਾਰ, ਚੱਲ ਪਈ ਸ਼ੇਰਾਂ ਕਰੀ, ਫਿਰ ਮਿਰਜ਼ਾ ਕਬੱਡੀ ਪਾਉਣ ਵਾਸਤੇ ਖਿਲਾਰ ਲਈਆਂ ਬਾਹਾਂ ਕਿ ਪਾਕਿਸਤਾਨ ਦੇ ਅਸੀਂ ਜਵਾਨ ਸੋਨੇ, ਸਾਨੂੰ ਮਾਣ ਨੇ ਬੜੇ ਜਵਾਨੀਆਂ 'ਤੇ, ਅਸੀਂ ਸਿੰਧੀ ਪੰਜਾਬੀ ਹਾਫ ਉਸਦਾ ਪੱਪੂ ਜੀ ਹਾਫ। ਲਓ ਜੀ ਪਹਿਲੇ ਹਾਫ ਦਾ ਸਮਾਂ ਗਿਆ ਜੋ ਬਹੁਤ ਜਿਹੜੀ ਟੀਮ ਦੇ ਪਹਿਲਾ 35 ਨੰਬਰ ਹੋ ਜਾਣਗੇ ਉਹ ਟੀਮ ਮੈਚ ਜਾਏਗੀ ਜਿੱਤ। ਉੱਧਰ ਕਬੱਡੀ ਪੈ ਗਈ ਦੂਜੇ ਹਾਫ ਦੀ ਪਹਿਲੀ ਕਬੱਡੀ, ਇੱਕ ਵਾਰੀ ਫਿਰ ਰਾਣਾ ਸਮਰ, ਚੱਲ ਪਈ ਸ਼ੇਰਾ ਪਾ ਕਬੱਡੀ ਇੱਕ ਵਾਰੀ ਫਿਰ, ਸੋਰੀ ਉੱਧਰ ਫਿਰ ਸ਼ਾਨੀ ਬਲੋਚ, ਉੱਧਰ ਫਿਰ ਸ਼ਾਨੀ ਬਲੋਚ ਦੀ ਕਬੱਡੀ। ਆਓ ਬੱਲੇ ਬੱਲੇ ਬੱਲੇ, ਉੱਧਰ ਕੀ ਹੋ ਗਿਆ ਹਾਫਤ ਉਸਮਾਨ, ਤਾੜੀ ਲਾ ਦੇ ਜ਼ਿੰਦਾਬਾਦ ਹਾਫਤ ਉਸਮਾਨ। ਉੱਧਰ ਕਬੱਡੀ ਪੈ ਗਈ ਰਾਜਪੂਤ ਦੀ, ਉੱਧਰ ਦੇਖ 88 ਵਾਲਿਓ, ਜੇ ਕੌਡੀ ਦੇ ਵਿੱਚ ਨਾ ਰੱਲਾ ਤੇ ਬੱਲੇ ਬੱਲੇ ਕਰਾਉਣੀ ਪੈਣੀ ਆ, ਹੁਣ ਕਬੱਡੀ ਦੀ ਚੱਸ ਦੇਣੀ ਪੈਣੀ ਆ। ਉੱਧਰ ਚੱਲ ਬਈ, ਉੱਧਰ ਦੇਖ ਇੱਕ ਵਾਰੀ ਨੰਬਰ ਫੇਰ ਰੇਡਰ ਦੇ ਖਾਤੇ ਚੌਧਰੀ ਜ਼ਾਹਰ ਸਹੀ ਸਾਹਿਬ ਭਰਪੂਰ ਮੁਹੱਬਤ ਦਾ ਸ਼ੁਕਰੀਆ, 2000 ਰੁਪਈਆ ਮੇਰੇ ਵਾਸਤੇ ਕੈਸ਼ ਪ੍ਰਾਈਜ਼ ਭੇਜਿਆ ਬਤੌਰ ਅਨਾਊਂਸਰ, ਮੁਹੱਬਤ ਦਾ ਸ਼ੁਕਰੀਆ। ਉੱਧਰ ਫਿਰ ਬਾਈ ਵੀਲਰ, ਰਾਣਾ ਸਾਹਿਬ ਉੱਧਰ ਦੇਖੋ, ਰਾਈ ਵੀਲਰ ਹਾਏ, ਪ੍ਰਿੰਸ ਅਬਦਰਮਾਨ ਸਾਹਿਬ ਉੱਧਰ ਦੇਖੋ, ਚੁੰਗੀਆਂ ਪੂਰੀਆਂ ਖਾਧੀਆਂ ਖੁਰਾਕਾਂ, ਨਾਲੇ ਕੀਤੀਆਂ ਮਿਹਨਤਾਂ ਵੀ ਪੂਰੀਆਂ। 78 ਵਾਲਿਓ, ਬਰਗਰ ਪੀਜ਼ਿਆਂ ਦਾ ਜ਼ੋਰ ਨਹੀਂ, ਇਹ ਸਟਿੰਗਾਂ ਦਾ ਜ਼ੋਰ ਨਹੀਂ, ਇਹ ਸਟਿੰਗਾਂ ਦਾ ਜ਼ੋਰ ਨਹੀਂ, ਇਹ ਦੇਸੀ ਘਿਓ ਦਾ ਜ਼ੋਰ ਹੈ, ਇਹ ਮੱਖਣਾ ਦਾ ਜ਼ੋਰ ਹੈ ਬੰਦੇ ਛੇ। ਉੱਧਰ ਦੇਖ ਜਰਾ, ਉੱਧਰ ਦੇਖ, ਇੱਕ ਵਾਰੀ ਫੇਰ ਨਾਰ ਫਸ ਗਿਆ, ਉੱਧਰ ਇੱਕ ਵਾਰੀ ਫੇਰ ਜਮੂਰ ਤਗੜਾ ਪੈ ਗਿਆ ਰਾਣਾ ਸਲਾਮ ਸਾਹਿਬ। ਉੱਧਰ ਦੇਖੋ ਕੌਡੀ ਰੱਜੂ ਪੱਟੀ ਹੈ ਪੱਲੇ, ਉਹ ਜਿਹੜਾ ਹਜੇ ਵੀ ਕੌਡੀ ਵਾਸਤੇ ਤਾੜੀ ਨਾ ਲਾਵੇ ਬੰਦਾ ਹੀ ਮੁਨਕਰ ਹੋਣਾ, ਤਾੜੀ ਲਾਵੇ ਤੇਰੀ ਤਗੜੀ ਕਰਕੇ ਜਰਾ। ਰਾਣਾ ਜਵੇਦ ਇਕਬਾਲ ਸਾਹਿਬ ਪੈਸੇ ਲਾਏ ਮੁੱਲ ਮੁੜ ਗਿਆ,
ਕੱਲ ਵੀ ਮੈਚ ਇੱਕ ਇੱਕ ਨੰਬਰ ਤੇ ਗਿਆ, ਅੱਜ ਦਾ ਮੈਚ ਵੀ ਤਕਰੀਬਨ ਨੇੜੇ ਨੇੜੇ। ਔਰ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਸਾਡੇ ਜਿਹੜੇ ਇਸ ਮੈਚ ਦੇ ਪ੍ਰਾਹੁਣੇ, 5,000 ਰੁਪਈਆ ਕੈਸ਼ ਪ੍ਰਾਈਜ਼ ਬਤੌਰ ਅਨਾਊਂਸਰ ਮੇਰੇ ਵਾਸਤੇ ਮਾਰ ਭੇਜਿਆ, ਭਰਪੂਰ ਮੁਹੱਬਤ ਦਾ ਸ਼ੁਕਰੀਆ। ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਜ਼ਿੰਦਾਬਾਦ, 5,000 ਰੁਪਈਆ ਕੈਸ਼ ਪ੍ਰਾਈਜ਼ ਬਤੌਰ ਕਮੈਂਟੇਟਰ ਕਮੰਡੀ ਪੱਖ ਦੇ ਵਿੱਚ ਮਾਨ ਭੇਜਿਆ, ਮੁਹੱਬਤ ਦਾ ਸ਼ੁਕਰੀਆ। ਉਹਨਾਂ ਦੇ ਨਾਲ ਹਾਫਜ਼ ਜ਼ਾਹ ਸਈ ਸਾਹਿਬ 2,000 ਰੁਪਈਆ ਕੈਸ਼ ਪ੍ਰਾਈਜ਼ ਭੇਜਿਆ, ਮੁਹੱਬਤ ਦਾ ਸ਼ੁਕਰੀਆ। ਉੱਧਰ ਦੇਖ ਕਬੱਡੀ ਕਰੀ ਫਿਰ ਰਾਜਪੂਤ, ਉੱਧਰ ਫਿਰ ਰਾਣਾ ਸਮਨ, ਕਹਿੰਦਾ ਅੰਬਰਾਂ ਦੇ ਤਾਰਿਆਂ ਤੋਂ ਵੱਧ ਰਿਸ਼ਤਾਈ ਹੈ। ਹਾਏ ਮਾਰੇ ਮੈਦਾਨ ਦੇ ਵਿੱਚ ਚੱਲ ਪਈ ਸ਼ੇਰਾ, ਉੱਧਰ ਕਬੱਡੀ ਪੈ ਗਈ ਕਰੀ ਫੇਰ, ਕਹਿੰਦਾ ਅੰਬਰਾਂ ਦੇ ਤਾਰਿਆਂ ਤੋਂ ਵੱਧ ਰੁਸ਼ਨਾਈ ਹੈ, ਜੁੱਸਿਆਂ ਦੀ ਰੱਤ ਦੇਖ ਚਿਹਰਿਆਂ ਤੇ ਆਈ ਹੈ। ਆਦ ਹੋਈ ਬੱਲੇ ਬੱਲੇ ਕੌਡੀ ਦੇ ਮੈਦਾਨ ਵਿੱਚ, ਉੱਧਰ ਫਿਰ ਹਾਫਜ਼ ਉਸਮਾਨ, ਉਹ ਬੱਲੇ 88 ਵਾਲਾ ਸ਼ਿੰਦਾ ਲੱਗ ਗਿਆ ਹਾਫਜ਼ ਉਸਮਾਨ, ਉਹ ਬੱਲੇ 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 30 ਸੈਕਿੰਡ ਦਾ ਸਮਾਂ ਕਿ ਗੁੱਥਮ ਗੁੱਥਾ ਹੋ ਗਿਆ ਦੋਨੇ ਤੇ ਵੱਜ ਗਿਆ ਲਲਕਾਰਾ। ਹੁਣ ਤੇ ਨੰਬਰ ਉਹੀ ਖੜੂ ਜਿਹੜਾ ਹਉ ਜਾਨ ਚ ਭਾਰਾ। ਰਾਣਾ ਸਾਹਿਬ ਕੌਡੀ ਦੀ ਚੱਲ ਸੌਣ ਰਹੀ ਹੈ, ਸ਼ੇਖ ਸ਼ਬੀਰ ਸਾਹਿਬ ਭੱਠੇ ਵਾਲੇ, ਸ਼ੇਖ ਸ਼ਬੀਰ ਸਾਹਿਬ ਭੱਠੇ ਵਾਲੇ ਗ੍ਰੇਟ ਕਬੱਡੀ ਪ੍ਰਮੋਟਰ, ਕਬੱਡੀ ਲਵਰ ਮੇਰੇ ਗਰਾਊਂਡ ਦੇ ਵਿੱਚ। ਅਜ਼ਾਨ, ਅਜ਼ਾਨੋਂ ਕਾ ਵਕਫਾ 2 ਮਿੰਟ ਕੇ ਲੀਏ। ਫਿਰ ਜੁੜੀਏ ਕਬੱਡੀ ਦੇ ਨਾਲ, 73 4R ਨੰਬਰ 23, 88 6R ਨੰਬਰ 19। ਔਰ ਸਾਡੇ ਪ੍ਰਾਹੁਣੇ ਇਸ ਵੇਲੇ ਕਬੱਡੀ ਦਾ ਨਜ਼ਾਰਾ ਲੈਂਦੇ ਪਏ, ਕਬੱਡੀ ਦਾ ਆਨੰਦ ਮਾਣਦੇ ਪਏ। ਫਾਈਨਲ ਮੈਚ ਦੇ ਪ੍ਰਾਹੁਣੇ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਮੇਰੇ ਗਰਾਊਂਡ ਦੇ ਵਿੱਚ, ਆਪਣੇ ਰਾਣਾ ਤਨਵੀਰ ਸਾਹਿਬ ਮੇਰੇ ਸਟੇਜ ਦੇ ਬੈਠੇ, ਭਰਪੂਰ ਮੁਹੱਬਤ ਦਾ ਸ਼ੁਕਰੀਆ ਉਹਨਾਂ ਦੇ ਨਾਲ ਨਾਲ ਮਲਕ ਨਸੀਰ ਸਾਹਿਬ, ਮੀਆਂ ਰਹਿਮਾਨ ਸ਼ਹਿਜ਼ਾਦ ਸਾਹਿਬ, ਰਾਣਾ ਤਨਵੀਰ ਸਾਹਿਬ, ਭਰਪੂਰ ਮੁਹੱਬਤ ਦਾ ਸ਼ੁਕਰੀਆ। ਔਰ ਮੀਆਂ ਖੁਰਮ ਸਾਹਿਬ ਵੱਲੋਂ ਵੀ ਇੱਕ ਵਾਰੀ 2,000 ਰੁਪਈਆ ਕੈਸ਼ ਪ੍ਰਾਈਜ਼ ਮਾਨ ਅੱਪੜਿਆ, ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ 5,000 ਰੁਪਈਆ ਕੈਸ਼ ਪ੍ਰਾਈਜ਼ ਕਮੰਟਰੀ ਬਖ ਦੇ ਵਿੱਚ ਮਾਨ ਅੱਪੜਿਆ, ਮੁਹੱਬਤਾਂ ਦਾ ਸ਼ੁਕਰੀਆ। ਕਬੱਡੀ ਨਾਲ ਪਿਆਰਾ, ਉੱਧਰ ਦੇਖ ਇੱਕ ਵਾਰੀ ਫਿਰ ਪਾਈ ਫੀਲਰ, ਸ਼ਹਿਜ਼ਾਦਾ ਜੀ ਉੱਧਰ ਦੇਖੋ ਕਿੱਡੇ ਕਿੱਡੇ ਵੱਡੇ ਸਾਨ, ਧਰਤੀ ਦੇ ਕਾਲਜੇ ਛੇਕ ਪਾਉਂਦੇ ਆ, ਇਹ ਡਾਲੇ ਤੇ ਬਹਿਣ ਤੇ ਟਾਇਰ ਥੱਲੇ ਬਹਿ ਜਾਂਦਾ, ਪਰ ਉੱਧਰ ਦੇਖੋ ਜ਼ਰਾ, ਹਾਏ 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 ਹਾਏ, ਇਹ ਕੰਸਟਰਕਸ਼ਨ ਕੰਪਨੀ ਨੂੰ ਮੋਢਾ ਦੇ ਕੇ ਲੈਂਡਰ ਚੁੱਕ ਲਿਆ ਰਹਿਮਾਨ ਸ਼ਹਿਜ਼ਾਦਾ ਸਾਹਿਬ, ਇਹ ਬੱਬਰ ਸ਼ੇਰ ਦੁੱਧ ਮੱਖਣਾ ਦੀ ਸਾਂਭੀ ਹੋਈ ਜਵਾਨੀ। ਉੱਧਰ ਦੇਖ ਕੇ ਕਰੀ ਫਿਰ ਰਾਜਪੂਤ, ਕਬੱਡੀ ਫਿਰ ਰਾਣੇ ਸਮਨ ਦੀ, ਚੱਲ ਪਈ ਰਾਣਾ ਸਮਨ, ਕਬੱਡੀ ਇੱਕ ਵਾਰੀ ਫਿਰ 88 ਵਾਲਾ ਰਾਜਪੂਤ, ਕਿਹਦੇ ਨਾਲ ਹੁੰਦੀ ਉਹ ਟੱਕਰ, 2-2 ਹਾਏ, ਉਹ ਕਹਿੰਦਾ ਝੂਠਾ ਹੀ ਖਹਿ ਗਏ ਹੋ, ਉਹ ਨਿੱਕਾ ਜਿਹਾ ਵੇਖ ਕੇ ਤੇ ਸਾਰਾ ਟੱਪਰ ਹੀ ਪੈ ਗਏ ਹੋ। ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਸਭ ਤੋਂ ਸੌਖਾ ਬੰਦਾ ਜਿਹੜਾ ਬੁਰਜੀ ਤੇ ਚੜਿਆ ਖਲੋਤਾ, ਕਿਸੇ ਹੈਨਾ ਬੱਬਰ ਸ਼ੇਰਾ ਕੁਝ ਨਹੀਂ ਹੁੰਦਾ, ਔਖੇ ਸੌਖੇ ਵੇਲੇ ਨਾਲ ਹੁੰਦੇ ਆ, ਥੱਲੇ ਆ ਜਾ ਥੱਲੇ ਆ ਜਾ, ਹਾਂ ਛੁਰੀਆਂ ਵੀ ਲੱਗੀਆਂ ਗੇਟ ਤੇ, ਸਭ ਤੋਂ ਸੌਖਾ ਇਹ ਕੌਡੀ ਦੇਖਣ ਦਿਆ। ਚੱਲ ਬਈ ਰਾਣਾ ਤਨਵੀਰ ਸਾਹਿਬ ਸਟੇਜ ਤੇ ਬੈਠੇ ਆ, ਇਸ ਵੇਲੇ ਉਮੀਦਵਾਰ ਪ੍ਰਾਈ ਚੇਅਰਮੈਨ ਮੀਆਂ ਖੁਰਮ ਸ਼ਹਿਜ਼ਾਦ ਸਾਹਿਬ, ਹਾਫਜ਼ ਜ਼ਾਹ ਸਈ ਸਾਹਿਬ, ਮਲਕ ਨਸੀਰ ਅਹਿਮਦ ਸਾਹਿਬ ਔਰ ਡਾਕਟਰ ਮੁਹੰਮਦ ਅਦਰੀ ਸਾਹਿਬ, ਉਹਨਾਂ ਦਾ ਸਾਹਿਬਜ਼ਾਦਾ ਮੀਆਂ ਰਹਿਮਾਨ ਸ਼ਹਿਜ਼ਾਦ,
ਚੱਲ ਬਈ ਕਬੱਡੀ ਪੈ ਗਈ ਇੱਕ ਵਾਰੀ ਫਿਰ, ਉੱਧਰ ਫਿਰ ਮਹਿਰਾ ਦਾ ਪੁੱਤ ਚੱਲ ਬਈ ਤਾਨਿਸ਼, ਇੱਕ ਵਾਰੀ ਫਿਰ ਕਬੱਡੀ ਕਬੱਡੀ ਅਲਾਪਦਾ ਖਿਲਾਰ ਲਈਆਂ ਬਾਹਾਂ, ਮੋੜ ਵਾਂਗੂ ਪਾਉਂਦਾ ਪਿਆ ਇਸਲੇ ਪਹਿਲਾ ਦੋ ਨੰਬਰ ਤੋਂ ਚੀਰਿਆ ਪੱਟ, ਉੱਧਰ ਟੈਕਨੀਕਲ ਪੁਆਇੰਟ ਦਿਲਬਰ ਜੱਟ ਦਾ ਇਸ਼ਾਰਾ, ਨੰਬਰ ਕਰੀ ਫਿਰ ਰੇਟਰ ਦੇ ਖਾਤੇ, ਚੱਲ ਬਈ ਕਬੱਡੀ ਪੈ ਗਈ ਕਰੀ ਫਿਰ ਮੈਦਾਨ ਦੇ ਵਿੱਚ, ਤੇ ਮਿੱਠੀ ਬੋਲੀ ਤੇ ਮਿੱਠੇ ਨੇ ਬੋਲ ਸਾਡੇ, ਰਸ ਕੰਨਾਂ 'ਚ ਦਿੰਦੇ ਨੇ ਕੋਲ ਮਿੱਠੇ, ਸਦਾ ਵੱਜਦੇ ਰਹੇ ਨੇ ਢੋਲ ਮਿੱਠੇ, ਸਭ ਰੀਝਾਂ 'ਚੋਂ ਵੱਡੀ ਹੈ ਰੀਝ ਸਾਡੀ, ਸਾਂ ਰੱਬ ਦੀ ਇੱਕੋ ਹੀ ਖਾਬ ਸਾਡਾ, ਸਦਾ ਵੱਸਦਾ ਰਹੇ ਪੰਜਾਬ ਸਾਡਾ, ਉੱਧਰ ਫੇਰ ਮੱਛੋ ਕਰਦਾ ਪਿਆ ਟਰਾਈਆਂ, ਪਰ ਨੰਬਰ ਹੋ ਗਿਆ ਰੇਡਰ ਦੇ ਖਾਤੇ। ਰਾਣਾ ਸ਼ਫੀਕ ਸਾਹਿਬ ਪਾਪਾ ਭਾਰ ਹੋ ਦਰਾ ਹਲਾਸ਼ੇਰੀ ਦੇ ਮੁੰਡਿਆਂ ਨੂੰ ਪੱਲੇ ਪੱਲੇ ਕਰਾ ਦਾ, ਬਿਲਕੁਲ ਪਿੱਛੇ ਬੈਠਾ ਰਾਣਾ ਸ਼ਫੀਕ ਸਾਹਿਬ, ਰਾਣਾ ਜਵੇਦ ਇਕਬਾਲ ਸਾਹਿਬ ਭਰਪੂਰ ਮੁਹੱਬਤ ਹੈ ਇਸ ਕਬੱਡੀ ਮੈਚ ਦੇ ਨਾਲ ਪਿਆਰ ਪਾਇਆ, ਔਰ ਚੌਧਰੀ ਪਰਵੇਜ਼ ਸਾਡਾ ਵੀਰ ਹਸਨੈਨ ਅਨਸਾਰੀ, ਉੱਧਰ ਦੇਖ ਇੱਕ ਵਾਰੀ ਫਿਰ ਦਰਾ, ਉੱਧਰ ਫਿਰ ਰਾਜਪੂਤ, ਇੱਕ ਵਾਰੀ ਫਿਰ ਰਾਣਾ ਜ਼ਮਨ, ਰਾਣਾ ਜ਼ਮਨ ਮੁੰਡਾ ਤੇਜ ਹੈ, ਆਹ ਲੈ ਗਿਆ ਨੰਬਰ ਇੱਕ ਵਾਰੀ ਫਿਰ ਆਪਣੀ ਟੀਮ ਦੇ ਖਾਤੇ, ਨੰਬਰ ਚੱਲ ਪਈ ਕਬੱਡੀ ਪੈ ਗਈ ਇੱਕ ਵਾਰੀ ਫਿਰ, ਚੱਲ ਬਈ ਉੱਧਰ ਫਿਰ ਇੱਕ ਵਾਰੀ 73 ਵਾਲਾ, ਚੱਲ ਬਈ ਅੱਗੇ ਆਪਦ ਮਨਸ਼ਾ, ਹਾਫਤ ਉਸਮਾਨ, ਹਾਫਤ ਉਸਮਾਨ ਤੇ ਮਨਸ਼ਾ, ਹਾਫਤ ਉਸਮਾਨ ਸੋਰੀ ਆ ਜਾਂਦਾ ਹਾਫਤ ਉਸਮਾਨ, ਨੰਬਰ ਇੱਕ ਵਾਰੀ ਫਿਰ ਸ਼ਾਨੀ ਬਲੋਚ ਦੇ ਖਾਤੇ, ਨੰਬਰ ਸ਼ਾਨੀ ਬਲੋਚ ਦਾ, ਰਾਣਾ ਜ਼ਮਨ, ਰਾਣਾ ਜ਼ਮਨ ਸਾਹਿਬ ਇੱਧਰ ਆਓ, ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਉਹਨਾਂ ਨੂੰ ਤੇਰੇ ਵਾਸਤੇ ਕੈਸ਼ ਪ੍ਰਾਈਜ਼ 1000 ਰੁਪਈਆ ਜਾਏਗਾ ਰਾਣਾ ਜਵੇਦ ਇਕਬਾਲ ਸਾਹਿਬ ਦੇ ਹੱਥੀ, ਉੱਧਰ ਦੇਖ ਕੇ ਕਰੀਫ ਹੈ, ਜਿਹੜਾ ਵੀ ਰੇਡਰ ਰੇਟ ਕਲੀਅਰ ਕਰੇਗਾ ਜਾਫੀ ਜੱਫਾ ਮਾਰੇਗਾ ਸਟੇਜ 'ਤੇ, ਉਹਨਾਂ ਰਾਣਾ ਤਨਵੀਰ ਸਾਹਿਬ ਵੱਲੋਂ ਕੈਸ਼ ਪ੍ਰਾਈਜ਼ ਜਾਣਗੇ, ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ ਕੈਸ਼ ਪ੍ਰਾਈਜ਼ ਜਾਣਗੇ, ਕਹਿੰਦੇ ਮੁੰਡਿਆਂ ਦੀ ਭਰਪੂਰ ਹੌਸਲਾ ਅਫਜ਼ਾਈ ਹੋਏਗੀ। ਬੁੱਲੇ ਸ਼ਾਹ ਸਾਹਿਬ ਫਰਮਾਉਂਦੇ ਨਾ, ਫਿੱਕੇ ਜ਼ੇ ਨੂੰ ਗੁਲਾਬ ਨਹੀਂ ਹੁੰਦੇ, ਸ਼ੋਧੇ ਲੋਕ ਨਵਾਬ ਨਹੀਂ ਹੁੰਦੇ, ਜੇਕਰ ਜਾਰੀ ਲਾਈਏ ਬੁੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ, ਉੱਧਰ ਦੇਖ ਇੱਕ ਵਾਰੀ ਫਿਰ ਲੱਗ ਗਈ ਹਾਫਤ, ਹਾਫਤ ਇੱਧਰ ਆ ਸਟੇਜ, ਆ ਰਾਣਾ ਤਨਵੀਰ ਸਾਹਿਬ ਵੱਲੋਂ ਤੇਰਾ ਨਾਮ ਬਣਦਾ ਮੁੰਡਾ ਜੱਫਾ ਤੀਜਾ ਚੌਥਾ ਮਾਰ ਗਿਆ, ਇੱਧਰ ਆ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ ਤੇਰੇ ਵਾਸਤੇ ਕੈਸ਼ ਪ੍ਰਾਈਜ਼ ਜਾਣਗੇ, ਆ ਜਾ ਹਾਫਤ ਉਸਮਾਨ ਸਟੇਜ 'ਤੇ ਆ ਜਾ, ਆ ਜਾ ਆ ਜਾ ਬੱਬਰ ਸ਼ੇਰਾ, ਪਹਿਲਾਂ ਕੌਡੀਆਂ ਪਾਈਆਂ ਹੁਣ ਜੱਫੇ ਮਾਰਦਾ ਪਿਆ ਬੱਬਰ ਸ਼ੇਰ, ਉੱਧਰ ਨੰਬਰ ਨੰਬਰ ਫੇਰ ਜਾਫੀ ਦੇ ਖਾਤੇ, ਨੰਬਰ ਹੋ ਗਿਆ ਫੇਰ ਸਟਾਪਰ ਦਾ, ਨੰਬਰ ਸਾਈ ਦਾ ਸੋਰੀ ਨੰਬਰ, ਅੱਛਾ 78 ਵਾਲਿਓ, ਬੜੀ ਬੜੀ ਥਾਂ 'ਤੇ ਕੌਡੀ ਦੇਖਣ ਗਏ, ਕਮੈਂਟਰੀ ਵੀ ਕੀਤੀ ਆ, 10-12 ਸਾਲ ਹੋ ਗਏ, ਲੋਕੀ ਪਾਣੀ ਛੱਡ ਛੱਡ ਮਰ ਜਾਂਦੇ, ਸਾਰਾ ਸਾਰਾ ਪਿੰਡ ਗਰਾਊਂਡ 'ਚ ਹੁੰਦਾ, ਪਰ ਕਸਮੇ ਰਾਣਾ ਤਨਵੀਰ ਸਾਹਿਬ ਪ੍ਰਿੰਸ ਸਾਹਿਬ ਐਡੇ ਅਮਨ ਸ਼ਾਂਤੀ ਨਾਲ, ਮੈਂ ਆਪਦੀ ਹੋਸ਼ ਦੇ ਵਿੱਚ ਪਹਿਲੀ ਵਾਰੀ 12 ਸਾਲਾਂ ਦੇ ਵਿੱਚ ਪਹਿਲੀ ਵਾਰੀ ਕੌਡੀ ਦਾ ਮੈਦਾਨ ਵੇਖਿਆ, ਨਾ ਕੋਈ ਰੱਸੀ ਨਾ ਕੋਈ ਪਾਣੀ, ਬੰਦੇ ਆ ਭਈ ਪਿੱਛੇ ਪਿੱਛੇ ਹੋ ਕੇ ਬੈਠੇ ਆ, 78 ਵਾਲਿਓ ਇੰਤਜ਼ਾਮ ਚੰਗਾ ਲੱਗਾ, ਕੌਡੀ ਚੰਗੀ ਲੱਗੀ ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਇੱਕ ਵਾਰੀ ਤਗੜੀ ਤਾੜੀ ਮਾਰਨੀ ਰਲ ਕੇ ਇੱਕ ਵਾਰੀ ਸਾਰੇ ਪਿੰਡ ਨੇ ਆਪਦੇ ਆਪ ਵਾਸਤੇ, ਕੌਡੀ ਬਹੁਤ ਤਗੜੀ ਹੋ ਗਈ ਹੈ, ਕਹਿੰਦੇ ਨਾ ਵੱਜਰ ਤਾੜੀਆਂ ਫਤਿਹ ਹੌਸਲਾ ਹੋਰ ਜਵਾਨਾਂ ਦਾ, ਤੂੰ ਪਾਸੇ ਬਹਿ ਕੇ ਦੇਖ ਸੋਹਣਿਆ ਜ਼ੋਰ ਜਵਾਨਾਂ ਦਾ, ਔਰ ਸਾਡੇ ਇਸ ਮੈਚ ਦੇ ਅਫੀਸ਼ਲ ਉਸਤਾਦ ਅਖਤਰ ਪੱਪੂ ਜੱਟ ਔਰ ਉਹਨਾਂ ਦੇ ਨਾਲ ਨਾਲ ਦਿਲਬਰ ਜੱਟ, ਇਹਨਾਂ ਵਾਸਤੇ ਸਪੈਸ਼ਲ ਕੈਸ਼ ਪ੍ਰਾਈਜ਼ ਹੋਏਗਾ ਇੰਤਜ਼ਾਮੀਆਂ ਵੱਲੋਂ, ਉੱਧਰ ਦੇਖ ਇੱਕ ਵਾਰੀ ਫਿਰ ਪੁੱਠੀ ਪਾਉਣ ਦੀ ਕੀਤੀ ਟਰਾਈ, ਪਰ ਕਹਿੰਦਾ ਪੁੱਠੀਆਂ ਸਿੱਧੀਆਂ ਕੋਲ ਹੀ ਰੱਖ, ਹਾਫਤ ਦਾ ਸਾਈ ਸਾਹਿਬ ਵੱਲੋਂ
ਔਰ ਪ੍ਰਿੰਸ ਸਾਹਿਬ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ ਹਰ ਜਾਫੀ ਨੂੰ ਹਰ ਸਾਈ ਨੂੰ ਕੈਸ਼ ਪ੍ਰਾਈਜ਼ ਜਾਣਗੇ 1,000 ਰੁਪਈਆ। ਉੱਧਰ ਕਬੱਡੀ ਫਿਰ ਮੈਦਾਨ ਦੇ ਵਿੱਚ, ਉੱਧਰ ਫਿਰ ਰਾਣਾ ਸਮਨ, ਉੱਧਰ ਫਿਰ ਰਾਜਪੂਤ ਆ ਜਾਂਦਾ ਹੀ ਬੱਲੇ। ਨੰਬਰ 1 ਕਰੀ ਫਿਰ ਰੇਡਰ ਦੇ ਖਾਤੇ, ਨੰਬਰ ਹੋ ਗਿਆ ਕਰੀ ਫਿਰ ਸਾਈ ਦਾ। ਚੱਲ ਬਈ ਸ਼ੇਰਾ ਪਾ ਕਬੱਡੀ, ਉੱਧਰ ਫਿਰ 1 ਕਰੀ ਪੈ ਗਏ ਕਬੱਡੀ ਮੈਦਾਨ ਦੇ ਵਿੱਚ। ਫਾਈਨਲ ਮੈਚ ਇਸ ਵੇਲੇ ਚੱਲਦਾ ਹੋਇਆ 78 ਦੀ ਧਰਤੀ। ਰਾਣਾ ਸਮਨ ਆ ਜਾ ਸਟੇਜ ਤੇ, ਸ਼ੇਰਾ ਆਪਦਾ ਨਾਮ ਲੈ ਜਾ ਕੇ। ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ, ਹਾਫਜ਼ਾਦ ਸਈ ਸਾਹਿਬ ਵੱਲੋਂ, ਰਾਣਾ ਤਨਵੀਰ ਸਾਹਿਬ ਵੱਲੋਂ, ਮੀਆਂ ਖੁਰਮ ਸ਼ਹਿਦਾਦ ਸਾਹਿਬ ਵੱਲੋਂ ਹਰ ਕਬੱਡੀ ਹਰ ਰੇਡਰ ਨੂੰ ਹਰ ਜਾਫੀ ਨੂੰ 1,000 ਰੁਪਈਏ ਨਾਮ ਜਾਏਗਾ। ਉੱਧਰ ਫਿਰ ਧਾਨਾ ਮਹਿਰ, ਉੱਧਰ ਫਿਰ ਮਹਿਰਾਂ ਦਾ ਪੁੱਤ, ਇੱਕ ਵਾਰੀ ਫਿਰ ਕਬੱਡੀ ਦੇ ਬਾਰੇ ਤੇ। ਚੱਲ ਬਈ ਮਹਿਰਾ ਪਾ ਕਬੱਡੀ, ਤੈਨੂੰ ਰੱਬ ਦੀਆਂ ਰੱਖਾਂ, ਤੱਕਦੀਆਂ ਤੈਨੂੰ ਸਾਰੇ ਜੱਗ ਦੀਆਂ ਅੱਖਾਂ। ਉੱਧਰ ਫਿਰ 1 ਕਰੀ ਆ ਬੱਲੇ, ਉੱਧਰ ਪਿੱਛੇ 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 ਰੈਫਰੀ ਦਾ ਫੈਸਲਾ ਵੇਖਣਾ ਪਏਗਾ, ਰੈਫਰੀ ਦਾ ਫੈਸਲਾ ਕਿਹਦੇ ਖਾਤੇ ਜਾਏਗਾ। ਛੋੜ ਦੋ ਛੋੜ ਦੋ, ਛੱਡ ਦੇ ਬੱਬਰ ਸ਼ੇਰਾ, ਰੈਫਰੀ ਦਾ ਫੈਸਲਾ ਨੰਬਰ ਚੱਲ ਬਈ। ਉੱਧਰ ਕਬੱਡੀ 1 ਵਾਰੀ ਫਿਰ ਮੈਦਾਨ ਦੇ ਵਿੱਚ, ਉੱਧਰ ਫਿਰ ਬੱਲੇ ਬੱਲੇ ਵਾਲਾ ਮਾਹੌਲ। ਚੱਲ ਬਈ ਸ਼ੇਰਾ ਹੋ ਬੱਲੇ, ਉੱਧਰ ਫਿਰ ਮਾਰ ਲਿਆ ਧੱਕਾ, ਹੋ ਬੱਲੇ 1 ਵਾਰੀ ਫਿਰ ਛੋਟਾ, ਹੋ ਹਾਫਲ ਪਰਾ ਬੱਬਰ ਸ਼ੇਰਾ ਪਰਾ ਹੋ ਜਾ। ਭਾਈ ਸ਼ਫੀਕ ਨੰਬਰਦਾਰ ਸਾਹਿਬ ਭਰਪੂਰ ਮੁਹੱਬਤ ਦਾ ਸ਼ੁਕਰੀਆ। 1 ਵਾਰੀ ਫਿਰ ਕਬੱਡੀ ਬਖ ਦੇ ਵਿੱਚ ਮਾਨ ਭੇਜਿਆ ਕੈਸ਼ ਪ੍ਰਾਈਜ਼ ਆਏ ਨੰਬਰ ਸਤਾਪਰ ਢੋਲ, ਉਹ ਮੇਰੀ ਇਹ ਸੌਂਕ ਨੇ। ਜਾਫੀ ਇੱਧਰ ਆ ਸਟੇਜ 'ਤੇ, ਜਾਫੀ ਆ ਸਟੇਜ 'ਤੇ ਆ ਜਾ। ਪ੍ਰਿੰਸ ਅਬਦੁਲ ਰਹਿਮਾਨ ਸਾਹਿਬ, ਕੰਸਟਰਕਸ਼ਨ ਕੰਪਨੀ ਵਾਲੇ ਠੇਕੇ ਅੱਜ ਕੱਲ੍ਹ ਮਹਿੰਗੇ ਹੋ ਗਏ, ਉਹ ਸਾਰੀ ਬੱਚਤ ਕੌਡੀ 'ਚ ਜਾਏਗੀ। ਆ ਜਾ ਅੱਜ ਠੇਕੇ ਫੁੱਟਾਂ ਦਾ ਰੇਟ ਮਹਿੰਗਾ ਹੋ ਗਿਆ, 80-90 ਰੁਪਈਏ ਸੂਤਰ ਪਿੱਛੇ ਵੱਧ ਗਿਆ, ਤੇ ਫੁੱਟਾਂ 'ਚ ਜਾਓ ਤੇ ਕਿੱਥੇ ਕੰਮ ਜਾਣਾ। ਨੰਬਰ 24 ਯਾਰਵ ਸਾਹਿਬ, ਨੰਬਰ ਕਿਵੇਂ ਕਿਵੇਂ ਹੋ ਗਿਆ? ਲਓ ਜੀ 32 ਨੰਬਰ 73 ਫੋਰ ਆਰ 88 ਦੇ ਨੰਬਰ 27, ਉੱਧਰ ਦੇਖ ਫਿਰ ਰਾਣਾ ਜ਼ਮਨ, ਨੰਬਰ ਹੋ ਗਿਆ ਫਿਰ ਰਾਜਪੂਤ ਦੇ ਖਾਤੇ। ਨੰਬਰ 1 ਕਰੀ ਫਿਰ 88 ਦਾ, ਆ ਗਿਆ ਈ ਭਾਈ ਫਿਲਰ, ਆ ਗਈ 73 ਵਾਲਿਆਂ ਦੀ ਵੱਡੀ ਗੱਡੀ। ਚੱਲ ਬਈ ਅੱਗੋਂ ਵੀ ਹਾਫਲ ਹਾਫਲ ਉਸਮਾਨ, ਆ ਬੱਲੇ ਨੂੰ ਤੇ ਪੁਲਸਾਂ ਨਹੀਂ ਢੱਕਦੀਆਂ। ਇੱਧਰ ਆ ਬੱਬਰ ਸ਼ੇਰਾ, ਇੱਧਰ ਆ, ਜਿੰਨਾ ਦੁੱਧ ਘਿਓ ਖਾਧਾ ਤੂੰ, ਤੇਰਾ ਕੈਸ਼ ਪ੍ਰਾਈਜ਼ ਬਣਦਾ। ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਵੱਲੋਂ ਤੇਰੇ ਵਾਸਤੇ ਮਾਂ ਜਾਣਗੇ, ਉਹਨਾਂ ਦੇ ਨਾਲ ਰਾਣਾ ਤਨਵੀਰ ਸਾਹਿਬ ਵੱਲੋਂ, ਮੀਆਂ ਰਹਿਮਾਨ ਸ਼ਹਿਜ਼ਾਦ, ਹਾਫਜ਼ ਜ਼ਾਹਦ ਸਈ ਸਾਹਿਬ, ਮਲਕ ਨਸੀਰ ਅਹਿਮਦ ਸਾਹਿਬ ਸਾਡੇ ਪ੍ਰਾਹੁਣੇ ਸਟੇਜਾਂ ਤੇ ਬੈਠੇ, ਹਰ ਜਾਫੀ ਵਾਸਤੇ ਮਾਨ ਮੁਹੱਬਤ। ਚੱਲ ਵੀ ਰਾਜਾ ਅਲੀ, ਕਬੱਡੀ ਪੈ ਗਈ 1 ਵਾਰੀ ਫਿਰ ਰਾਜਾ ਅਲੀ, ਰਾਜਾ ਅਲੀ, ਰਾਜਾ ਅਲੀ, ਛੋੜ ਦੋ, ਉੱਧਰ ਫਿਰ ਡਬਲ ਟੱਚ ਦਾ ਇਸ਼ਾਰਾ, ਨੰਬਰ ਹੋ ਗਿਆ, ਨੰਬਰ ਹੋ ਗਿਆ ਕਰੀ ਫਿਰ ਰੇਡਰ ਦੇ ਖਾਤੇ। ਲਓ ਜੀ ਕਬੱਡੀ ਐਂਡ ਤੇ 78 ਫੋਰ ਆਰ ਨੰਬਰ 33 ਔਰ ਦੂਸਰੇ ਪਾਸੇ 88 ਸਿਕਸ ਆਰ ਨੰਬਰ 29। ਚੱਲ ਬਈ ਉੱਧਰ ਕਬੱਡੀ, ਉੱਧਰ ਫਿਰ ਉਸਤਾਦ ਪੱਪੂ ਦਾ ਇਸ਼ਾਰਾ, ਨੰਬਰ ਰਾਣਾ ਤਨਵੀਰ ਸਾਹਿਬ ਵੱਲੋਂ ਕਰੀ ਨਹੀਂ ਗਈ। ਰਾਣਾ ਸ਼ਫੀਕ ਨੰਬਰਦਾਰ ਸਾਹਿਬ, ਕੌਡੀ ਦੀ ਬੱਲੇ ਬੱਲੇ ਹੋ ਗਈ ਆ। ਚੇਅਰਮੈਨ ਸਾਹਿਬ, ਇਹ ਵੋਟ ਵੀ ਆਪਾਂ ਨੂੰ ਰਾਣਾ ਤਨਵੀਰ ਸਾਹਿਬ, ਚੇਅਰਮੈਨ ਸਾਹਿਬ, ਇਹ ਵੋਟ ਵੀ ਕੌਡੀ ਵਾਲਿਆਂ ਕੋਲ ਲੈਣੇ, ਆਪਾਂ ਇਕੱਲੇ ਪੈਸੇ ਨਹੀਂ ਦੇਣੇ ਇਹਨਾਂ ਨੂੰ, ਵੋਟ ਵੀ ਲੈਣੇ ਆ। ਹਾਫਜ਼ ਜ਼ਾਹ ਸਈ ਸਾਹਿਬ ਇਸ ਵੇਲੇ ਸਟੇਜ ਤੇ ਪੁੱਛੇ। ਚੱਲ ਬਈ ਉੱਧਰ ਕਬੱਡੀ ਫੇਰ, ਉੱਧਰ ਦੇਖ ਜਰਾ, ਔਰ ਸਾਡਾ ਭਤੀਜਾ ਬੈਦੁੱਲਾ ਵੀ ਆਪਣਿਆ ਗਰਾਊਂਡ 'ਚ, ਉੱਧਰ ਦੇਖ ਜਰਾ ਅਬਦੁੱਲਾ ਔਰ ਬੈਦੁੱਲਾ। ਨੰਬਰ ਦਿਲਬਰ ਜੱਟ ਜੀ, ਨੰਬਰ ਕਿੰਨੇ ਖਾਤੇ? ਨੰਬਰ ਰਾਣੇ ਜ਼ਮਨ ਦਾ ਨੰਬਰ 31-33, 31-33 ਦਾ ਚੱਲਦਾ ਪਿਆ ਮੁਕਾਬਲਾ। ਕਮਜ਼ੋਰ ਦੀ ਲਾ ਲੈ, ਹੇਠਾਂ ਬਹਿ ਜਾਓ, ਜਿਹੜੇ ਲੋ ਬਲੱਡ ਪ੍ਰੈਸ਼ਰ ਦੇ ਮਰੀਜ਼ ਆ, ਜਿਨ੍ਹਾਂ ਦੀ ਸ਼ੂਗਰ ਹਾਈ ਹੁੰਦੀ ਆ, ਥੱਲੇ ਬਹਿ ਜਾਓ। 88 ਸਿਕਸ ਆਰ ਨੰਬਰ 31
ਮੇਰੇ ਕੋਲ ਲੈ ਕੇ ਜਾਈ ਖੁੱਲੇ। ਚੱਲ ਬਈ ਉੱਧਰ ਕਬੱਡੀ ਪੈ ਗਈ ਫਿਰ ਮੈਦਾਨ ਦੇ ਵਿੱਚ। ਆਓ ਬੱਲੇ ਉੱਧਰ, ਹਾਏ ਹਾਏ ਧਾਨਾ ਮਹਿਰ ਧਾਨਾ, ਆਓ ਨੰਬਰ ਧਾਨੇ ਦੇ ਖਾਤੇ ਨੰਬਰ ਫਿਰ 32 34 ਨੰਬਰ ਫਿਰ 32 34। ਮਲਕ ਮੁਹੰਮਦ ਸ਼ਫੀਕ ਸਾਹਿਬ, ਮਲਕ ਨਸੀਰ ਸਾਹਿਬ ਉਹਨਾਂ ਦੇ ਚਾਚਾ ਜੀ ਅੱਲਵੇ, ਮੇਰੇ ਵਾਸਤੇ ਕੈਸ਼ ਪ੍ਰਾਈਜ਼ ਅੱਪੜਿਆ, ਭਰਪੂਰ ਮੁਹੱਬਤ ਦਾ ਸ਼ੁਕਰੀਆ। ਅਗਰ ਕੌਡੀ ਨੰਬਰ ਜਾਂਦਾ 73 ਦੇ ਖਾਤੇ ਤੇ 73 ਮੈਚ ਜਾਏਗਾ ਜਿੱਤ, 73 ਮੈਚ ਗਿਆ ਜੋ ਜਿੱਤ, 73 ਨੇ ਮੈਚ ਕਰ ਲਿਆ ਜੋ ਜਿੱਤ। ਉਹਨੇ ਰਾਣਾ ਤਨਵੀਰ ਸਾਹਿਬ, ਮੀਆਂ ਰਹਿਮਾਨ ਸ਼ਹਿਜ਼ਾਦ ਸਾਹਿਬ, ਹਾਫਿਜ਼ ਜ਼ਾਹਿਦ ਸਈਦ ਸਾਹਿਬ, ਮਲਕ ਨਸੀਰ ਸਾਹਿਬ, ਜਿਹੜੇ ਇਨਾਮਾਤੀ ਤਕਰੀਰ ਹੋਏਗੀ, ਜਿੱਤੀ ਔਰ ਹਰੀ ਟੀਮ ਨੂੰ ਇਨਾਮ ਦਿੱਤੇ ਜਾਣਗੇ ਟਰਾਫੀਆਂ। ਜਿੱਤ ਹਾਰ ਮੈਦਾਨ ਦਾ ਹਿੱਸਾ, 88 ਵਾਲੋ ਟੀਮ ਜਿਹੜੀ ਵੀ ਜਿੱਤੀ ਨਾ ਕੌਡੀ ਦੀ ਜਿੱਤ ਹੋਈ ਹੈ। ਰਾਣਾ ਤਨਵੀਰ ਸਾਹਿਬ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ, ਜਿਹੜੀ ਟੀਮ ਅੱਜ ਹਰੀ ਆ ਕੱਲ੍ਹ ਜਿੱਤੇਗੀ ਵੀ। ਆ ਜਾਓ ਹੁਣ ਨਾਮ ਦਈਏ ਤੋਂ ਪਹਿਲੇ ਸਾਡੇ ਜਿਹੜੇ ਪੁਰਾਣੇ ਹਾਫਿਜ਼ ਜ਼ਾਹਿਦ ਸਈਦ ਸਾਹਿਬ, ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇੱਥੇ ਆਉਣ ਔਰ ਬੈਸਟ ਰੇਡਰ ਆ ਜਿਹੜਾ, ਬੈਸਟ ਜਾਫੀ ਆ ਜਿਹੜਾ ਫਾਈਨਲ ਮੈਚ ਦਾ, ਉਹਨੂੰ ਟਰਾਫੀ ਦੇਣਗੇ ਹਾਫਿਜ਼ ਜ਼ਾਹਿਦ। ਛੋਟੇ ਬੈਸਟ ਰੇਡਰ ਦਾ ਰਾਣਾ ਜ਼ਮਨ, ਰਾਣਾ ਜ਼ਮਨ ਆ ਕੇ ਆਪਣਾ ਨਾਮ ਲਵੇ ਜੀ ਬੈਸਟ ਰੇਡਰ। ਬੈਸਟ ਜਾਫੀ ਮੱਛੇ ਆ ਜਾ ਬਈ, ਛੋਟਾ ਮੱਛੇ ਆ ਕੇ ਸਟਾਪਰ ਆ ਮੁੰਡੇ ਨੇ ਜੱਫੇ ਤਗੜੇ ਮਾਰਨ ਨੂੰ ਗੁਜ਼ਾਰਿਸ਼ ਕਰਾਂਗਾ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਇੱਥੇ ਆਉਣ, ਔਰ ਰਨਰ ਅਪ ਟੀਮ ਦਾ ਕਪਤਾਨ ਆਵੇ ਵੀ 88 ਦਾ ਕਪਤਾਨ ਆਵੇ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ, ਤਾੜੀ ਲਾਓ ਤਗੜੀ ਕਰ, ਤੁਸੀਂ ਆ ਜਾਓ ਰਾਣਾ ਤਨਵੀਰ, ਰਾਣਾ ਤਨਵੀਰ ਸਾਹਿਬ ਤਾੜੀ ਲਾਓ ਯਾਰ ਚੇਅਰਮੈਨ ਵਾਸਤੇ ਜ਼ਰਾ, ਜੇਤੂ ਟੀਮ ਦਾ ਕਪਤਾਨ ਆਵੇ ਬਈ। ਭੱਟੀ ਆ ਜਾ ਕਹਿੰਦਾ ਕੋਚ ਹੀ ਆਏਗਾ ਅਗਲਾ ਅਮਰ ਕੱਲ ਦਾ ਬੈਸਟ ਜਾਪੀ ਮੁੱਕੀਆਂ ਕਿ ਨਹੀਂ ਹਲੇ ਮੁੱਕ ਗਈਆਂ, ਪੱਗ ਬੰਨੀ ਜਾਏਗੀ, ਦਸਤਾਰ ਬੰਦੀ ਹੋਏਗੀ, ਪ੍ਰਿੰਸ ਪ੍ਰਿੰਸ ਅਬਦੁਲ ਰਹਿਮਾਨ ਸਾਹਿਬ ਉਹਨਾਂ ਦੀ ਦਸਤਾਰ ਬੰਦੀ, ਰਾਣਾ ਉਸਤਾਦ ਰਾਣਾ ਰਿਆਜ਼ ਆ ਜਾ, ਉਸਤਾਦ ਰਾਣਾ ਰਿਆਜ਼ ਆਪੇ ਬੰਨੀ ਜਾਂਦੇ ਰਾਣਾ ਜਵੇਦ ਸਾਹਿਬ। ਅੱਛਾ ਲੋ ਜੀ ਤਾੜੀ ਲਾਓ ਯਾਰ, ਤਾੜੀ ਲਾਓ, ਇੱਕ ਵਾਰੀ ਕੈਸ਼ ਪ੍ਰਾਈਜ਼ ਆ ਰਿਹਾ ਉਸਤਾਦ ਰਾਣਾ ਰਿਆਜ਼ ਵਾਸਤੇ, ਦਸਤਾਰ 3000 ਰੁਪਈਆ ਕੈਸ਼ ਪ੍ਰਾਈਜ਼, ਓਕੇ ਤਾੜੀ ਲਾਓ ਕਰਕੇ ਜ਼ਿੰਦਾਬਾਦ ਲਓ ਯਾਰ।